ਕਿਹਨਾਂ ਦੇਖਿਆ 14 ਸਾਲ ਤੋਂ ਸਿੱਖਾਂ ਦੀ ਪਾਰਲੀਮੈਂਟ ਦੇ ਇਲੈਕਸ਼ਨ ਨਹੀਂ ਕੀਤੇ ਗਏ ਹੁਣ ਜਿਹੜਾ ਵੀ ਪ੍ਰਧਾਨ ਜਾਂ ਚੁਣਿਆ ਜਾਊਗਾ ਜਾਂ ਤਾਂ ਮਹੰਤ ਹੋਊਗਾ ਤੇ ਜਾਂ ਉਹ ਮਸੰਦ ਹੋਊਗਾ ਕੀ ਜਗਮੀਤ ਬਰਾੜ ਦਾ ਚਿਹਰਾ ਵੀ ਪੰਥਕ ਹੈ ਉਹ ਵੀ ਇੱਥੇ ਲੜ ਰਹੀ ਹੈ ਉਮੀਦਵਾਰ ਹੈ ਉਹ ਬਿਲਕੁਲ ਹਾਂ ਇੱਥੇ ਗਿੱਦੜਬਾਹੇ 'ਚ ਕਾਂਗਰਸ ਦੇ ਜਿਹੜੇ ਉਮੀਦਵਾਰ ਹੈ ਉਹ ਬਹੁਤ ਖੂਬਸੂਰਤ ਹੈ ਹੁਣ ਡਿੰਪੀ ਸਾਹਿਬ ਨੂੰ ਪੁੱਛੋ ਜੇ ਤੁਹਾਨੂੰ ਨੀਤੀਆਂ ਬਹੁਤ ਅੱਛੀਆਂ ਲੱਗਦੀਆਂ ਆਮ ਆਦਮੀ ਪਾਰਟੀ ਦੀਆਂ ਫਿਰ ਝੋਨਾ ਕਿਉਂ ਨਹੀਂ ਚੱਕਿਆ ਜਾਂਦਾ ਪਤਾ ਨਹੀਂ ਜੀ ਇਹ ਜੇ ਤੁਸੀਂ ਉਹਨਾਂ ਦੀ ਫੋਟੋ ਟ੍ਰਿਬਿਊਨ 'ਚ ਦੇਖੋ ਇੱਥੇ ਬਹੁਤ ਵੱਡਾ ਜ਼ਖਮ ਹੋਇਆ ਸ਼ਾਹੀਆਂ ਪਈਆਂ ਹੋਈਆਂ ਇਹ ਸ਼ਾਹੀਆਂ ਤਾਂ ਜ਼ਖਮ ਨਾਲ ਵੀ ਹੋ ਸਕਦੀਆਂ ਅਤੇ ਦੂਜੇ ਪਾਸੇ ਹੋਰ ਕੰਮ ਕਰਨ ਨਾਲ ਵੀ ਸ਼ਾਹੀਆਂ ਪੈ ਜਾਂਦੀਆਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਯਾਦ ਓਪਨ ਮਾਈਕ ਅਤੇ ਮੈਂ ਜਸਵਿੰਦਰ ਯਾਦ ਵਿਰਾਸਤ ਮੀਡੀਆ ਕੈਨੇਡਾ 'ਤੇ ਤੁਹਾਡਾ ਸਭ ਦਾ ਸਵਾਗਤ ਹੈ ਸਾਡੇ ਨਾਲ ਨੇ ਸਿੱਖ ਲੀਡਰ ਸਿਮਰਜੀਤ ਸਿੰਘ ਮਾਨ ਜਿਹੜੇ ਲੰਬੇ ਟਾਈਮ ਤੋਂ ਸੰਘਰਸ਼ ਦੀ ਰਾਜਨੀਤੀ ਅਤੇ ਨਾਲ ਦੀ ਨਾਲ ਜਿੱਤਾਂ ਦੇ ਨਾਲ ਜੁੜੀ ਹੋਈ ਰਾਜਨੀਤੀ ਕਰਦੇ ਆਉਂਦੇ ਨੇ ਅਤੇ ਪੰਜਾਬ ਅਤੇ ਪੰਥ ਦੇ ਮੁੱਦਿਆਂ ਦੇ ਉੱਤੇ ਪਹਿਰਾ ਦੇਣ ਵਾਲੀ ਇੱਕੋ ਇੱਕ ਸ਼ਖਸੀਅਤ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਮਾਨ ਸਾਹਿਬ ਵਿਸ਼ੇਸ਼ ਤੌਰ 'ਤੇ ਤੁਸੀਂ ਗਿੱਦੜਬਾਹਾ ਪਹੁੰਚੇ ਹੋ ਅਤੇ ਜ਼ਿਮਨੀ ਚੋਣਾਂ ਪੰਜਾਬ ਦੇ ਵਿੱਚ 4 ਹਲਕਿਆਂ ਵਿੱਚ ਹੋ ਰਹੀਆਂ ਹਾਂਜੀ ਲਗਾਤਾਰ ਤੁਸੀਂ ਆਪਣੇ ਕੈਂਡੀਡੇਟ ਜਿਹੜੇ ਅਨਾਊਂਸ ਕੀਤੇ ਨੇ ਹਾਂਜੀ ਮੈਂ ਨਾਮਾਂ ਤੋਂ ਅੱਗੇ ਜਾ ਕੇ ਜੇਕਰ ਪੁੱਛਾਂ ਸਾਰੇ ਹੀ ਇਲਾਕਿਆਂ ਦੇ ਵਿੱਚ ਕਿੱਦਾਂ ਦੀ ਕੰਡੀਸ਼ਨ ਹੈ ਤੁਹਾਡੇ ਆਪਣੇ ਪੰਥਕ ਕੈਂਡੀਡੇਟਾਂ ਦੀ ਪੰਥਕ ਕੈਂਡੀਡੇਟਾਂ ਦੀ ਕੰਡੀਸ਼ਨ ਬਹੁਤ ਅੱਛੀ ਹੈ ਕਿਉਂ ਕਰਕੇ ਹੋਰ ਪੰਥ ਦਾ ਕੈਂਡੀਡੇਟ ਖੜ੍ਹਾ ਹੋਇਆ ਹੀ ਨਹੀਂ ਹੈ ਜੀ ਕਿਸੇ ਵੀ ਹਲਕੇ ਦੇ ਵਿੱਚ ਅਤੇ ਤਿੰਨੇ ਹਲਕਿਆਂ ਦੇ ਵਿੱਚ ਜਿੱਥੇ ਪੰਥ ਤਕੜੀ ਹੈ ਉੱਥੇ ਸਾਡੇ ਕੈਂਡੀਡੇਟ ਖੜ੍ਹੇ ਹੋ ਗਏ ਹੈ ਸੁਖਰਾਜ ਸਿੰਘ ਜੀ ਇੱਥੇ ਗਿੱਦੜਬਾਹੇ 'ਚ ਅਤੇ ਲਵਪ੍ਰੀਤ ਸਿੰਘ ਤੂਫਾਨ ਡੇਰਾ ਬਾਬਾ ਨਾਨਕ ਦੇ ਵਿੱਚ ਅਤੇ ਗੋਬਿੰਦ ਸਿੰਘ ਬਰਨਾਲੇ ਦੇ ਵਿੱਚ ਸੋ ਅਸੀਂ ਪੰਥਕ ਇਲਾਕਿਆਂ ਦੇ ਵਿੱਚ ਆਪਣੇ ਕੈਂਡੀਡੇਟ ਖੜ੍ਹੇ ਕਰਦੇ ਹਾਂ ਗਿੱਦੜਬਾਹਾ ਦੀ ਸੀਟ ਦੇ ਉੱਤੇ ਜਗਮੀਤ ਸਿੰਘ ਬਰਾੜ ਜਦੋਂ ਮੇਰੇ ਨਾਲ ਪਿਛਲੇ ਦਿਨ ਹੀ ਗੱਲ ਕਰਦੇ ਸੀ ਤਾਂ ਉਹ ਇੱਕ ਤਰੀਕੇ ਦੇ ਨਾਲ ਪੰਥਕ ਵੋਟ ਨੂੰ ਟਾਰਗੇਟ ਕਰਦੇ ਜਾਂ ਪੰਥ ਦੀ ਨੁਮਾਇੰਦਗੀ ਕਰਨ ਦੀ ਇੱਛਾ ਜ਼ਾਹਰ ਕਰ ਰਹੇ ਸੀ ਕੀ ਜਗਮੀਤ ਬਰਾੜ ਦਾ ਚਿਹਰਾ ਵੀ ਪੰਥਕ ਹੈ ਉਹ ਕਾਂਗਰਸ ਦੇ ਵਿੱਚ ਰਹੇ ਜੀ ਜ਼ਿਆਦਾ ਸੱਚੇ ਰਹੇ ਜੀ ਅਤੇ ਫਿਰ ਉਹਨਾਂ ਦਾ ਚਿਹਰਾ ਤਾਂ ਕਾਂਗਰਸ ਦੇ ਨਾਲ ਹੈਗਾ ਉਹ ਵੀ ਇੱਥੇ ਲੜ ਰਹੇ ਹੈ ਉਮੀਦਵਾਰ ਹੈ ਉਹ ਬਿਲਕੁਲ ਇੱਥੋਂ ਦੇ ਆਜ਼ਾਦ ਉਮੀਦਵਾਰ ਨੇ ਜੀ ਜਗਮੀਤ ਸਿੰਘ ਬਰਾੜ ਫਿਰ ਮਾਫ਼ ਕਰਨਾ ਜੀ ਇਹ ਉਹ ਤਾਂ ਕਾਂਗਰਸ ਦੇ ਵਿੱਚ ਰਹੇ ਹੈ ਅਤੇ ਆਹ ਜਿਹੜੀਆਂ ਮੈਂ ਗੱਲਾਂ ਕੀਤੀਆਂ ਕਿ ਇਹ ਜਿਹੜੇ ਸਿੱਖਾਂ ਨੂੰ ਕੈਨੇਡਾ ਦੇ ਵਿੱਚ BJP ਦੇ ਪ੍ਰਾਈਮ ਮਿਨਿਸਟਰ ਮੋਦੀ ਨੇ ਮਰਵਾਉਣਾ ਸ਼ੁਰੂ ਕਰਤਾ ਕੈਨੇਡਾ ਦੇ ਵਿੱਚ USA 'ਚ ਬਰਤਾਨੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਉਹਦੇ ਬਾਰੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਨਾ ਕਿਸੇ ਕਾਂਗਰਸੀ ਨੇ ਕੀਤੀ ਹੈਗੀ ਹੈ ਨਾ ਕਿਸੇ BJP ਵਾਲੇ ਨੇ ਕੀਤੀ ਹੈ ਅਤੇ ਜਿਹੜਾ ਝੋਨਾ ਰੁਲ ਰਿਹਾ ਉਹਦੇ ਬਾਰੇ ਵੀ ਇਹ ਸਾਰੇ ਖਮੋਸ਼ ਹੈਗੇ ਹੈ ਇਹ ਸਿਰਫ ਚਾਹੁੰਦੇ ਹੈ ਕਿ ਅਸੀਂ ਕਰੀਏ ਕੁਰੀਏ ਕੋਈ ਨਾ ਅਤੇ ਸਾਨੂੰ ਗੱਫੇ ਮਿਲ ਜਾਣ ਮੁਫਤ ਦੇ ਅਤੇ ਉਹ ਗੱਫੇ ਮੁਫਤ ਦੇ ਨਹੀਂ ਮਿਲਦੇ ਜਿੰਨਾ ਚਿਰ ਤੁਹਾਡੀ ਪੋਲਿਸੀ ਨਹੀਂ ਸਾਡੀ ਪੋਲਿਸੀ ਮੈਂ ਤੁਹਾਨੂੰ ਸਾਰੀ ਡਿਕਟੇਟ ਕਰਤੀ ਹੈ ਤੁਸੀਂ ਉਹਨੂੰ ਰਿਕਾਰਡ ਕਰ ਚੁੱਕੇ ਹੋ ਮਾਨ ਸਾਹਿਬ ਤੁਸੀਂ ਇੱਕ ਗੱਲ ਜਿਹੜੀ ਕਹੀ ਹੈ ਕਿ ਗਿੱਦੜਬਾਹਾ ਦੇ ਵਿੱਚ ਕਾਂਗਰਸੀਆਂ ਦੇ ਜਿਹੜੇ ਚਿਹਰੇ ਨੇ ਬੜੇ ਖੂਬਸੂਰਤ ਨੇ ਇਹ ਸਿਰਫ ਗਿੱਦੜਬਾਹਾ ਦੇ ਵਿੱਚ ਨੇ ਜਾਂ ਚਾਰੇ ਜ਼ਿਮਨੀ ਚੋਣਾਂ ਦੇ ਉੱਤੇ ਤੁਸੀਂ ਇਸ ਗੱਲ ਨੂੰ ਲਾਗੂ ਕਰਕੇ ਦੇਖਦੇ ਹੋ ਨਹੀਂ ਸਿਰਫ ਚਿਹਰੇ ਹੀ ਖੂਬਸੂਰਤ ਨੇ ਹਾਂ ਇੱਥੇ ਗਿੱਦੜਬਾਹੇ 'ਚ ਕਾਂਗਰਸ ਦੇ ਜਿਹੜੇ ਉਮੀਦਵਾਰ ਹੈ ਉਹ ਬਹੁਤ ਖੂਬਸੂਰਤ ਹੈ ਜੀ ਹੱਸਦੇ ਕਿਉਂ ਹੋ ਫਿਰ ਇਸ ਦਾ ਵੋਟ ਦੇ ਨਾਲ ਇਸ ਦਾ ਮੁੱਦਿਆਂ ਦੇ ਨਾਲ ਇਸ ਦਾ ਕਾਂਗਰਸ ਦੇ ਨਾਲ ਕੋਈ ਤਾਲੁਕਾਤ ਨਾ ਪਰ ਜਦੋਂ ਆਪਾਂ ਚੰਗੀ ਐਕਟਰੈਸ ਦੇਖਦੇ ਹਾਂ ਫਿਰ ਆਪਾਂ ਫਿਲਮ ਦੇਖਣ ਨਹੀਂ ਜਾਂਦੇ ਕਹਿੰਦਾ ਭਾਵ ਕਿ ਖੂਬਸੂਰਤੀ ਵੀ ਕਿਤੇ ਨਾ ਕਿਤੇ ਡੋਮੀਨੇਟ ਕਰੂਗੀ ਵੋਟ ਬਿਲਕੁਲ ਬਿਲਕੁਲ ਕਰਦੀ ਹੁੰਦੀ ਹੈ ਇਹ ਜੇ ਜੇ ਫਿਲਮ ਦੇਖਣ ਚਲ ਜਾਓਗੇ ਐਕਟਰੈਸ ਜਿਹੜੀ ਸੋਹਣੀ ਹੋਊਗੀ ਅਤੇ ਤੁਹਾਨੂੰ ਪਤਾ ਹੀ ਨਹੀਂ ਹੋਊਗਾ ਕਿ ਫਿਲਮ ਦੇ ਵਿੱਚ ਕੀ ਹੈ ਤਾਂ ਫਿਰ ਤੁਸੀਂ ਦੇਖਣ ਤਾਂ ਖੂਬਸੂਰਤੀ ਜਾਂਦੇ ਹੋ ਅਤੇ ਖੂਬਸੂਰਤੀ ਦੇਖਣੀ ਮਾੜੀ ਗੱਲ ਤਾਂ ਨਹੀਂ ਹੈ ਅੱਛਾ ਡਿੰਪੀ ਢਿੱਲੋਂ ਜਿਨ੍ਹਾਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਕਹਿ ਲਈਏ ਸਰਕਾਰ ਨੂੰ ਜੁਆਇਨ ਕੀਤਾ ਹੈ ਉਹ ਕਹਿੰਦੇ ਕਿ ਮੈਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸਰਕਾਰ ਨੂੰ ਜੁਆਇਨ ਕੀਤਾ ਨੀਤੀਆਂ ਬਹੁਤ ਚੰਗੀਆਂ ਲੱਗੀਆਂ ਕੰਮ ਕਾਜ ਚੰਗੇ ਲੱਗੇ ਤੁਸੀਂ ਲੰਬੇ ਸਮੇਂ ਤੋਂ ਕਾਫੀ ਦਹਾਕਿਆਂ ਤੋਂ ਪੰਜਾਬ ਦੀ ਸਿਆਸਤ ਨੂੰ ਦੇਖਦੇ ਆ ਰਹੇ ਹੋ
ਕਿਵੇਂ ਲੱਗ ਰਹੇ ਨੇ ਤੁਹਾਨੂੰ ਮੁੱਖ ਮੰਤਰੀ ਸਾਹਿਬ ਦੇ ਕੰਮਕਾਜ ਜਾਂ ਉਹਨਾਂ ਦੀਆਂ ਨੀਤੀਆਂ? ਹੁਣ ਬਿੰਪੀ ਸਾਹਿਬ ਨੂੰ ਪੁੱਛੋ, ਜੇ ਤੁਹਾਨੂੰ ਨੀਤੀਆਂ ਬਹੁਤ ਅੱਛੀਆਂ ਲੱਗਦੀਆਂ ਆਮ ਆਦਮੀ ਪਾਰਟੀ ਦੀਆਂ, ਫਿਰ ਝੋਨਾ ਕਿਉਂ ਨਹੀਂ ਚੱਕਿਆ ਜਾਂਦਾ, ਕਿਉਂ ਨਹੀਂ ਰੇਲ ਗੱਡੀਆਂ ਇੱਥੇ ਆ ਗਈਆਂ, ਕਿਉਂ ਨਹੀਂ ਗੋਦਾਮ ਖਾਲੀ ਕੀਤੇ ਗਏ, ਕਿਉਂ ਨਹੀਂ ਇਹ ਸ਼ੈਲਰ ਖਾਲੀ ਕੀਤੇ ਗਏ, ਅਤੇ ਜਗ੍ਹਾ ਕਿਉਂ ਨਹੀਂ ਬਣਾਈ? ਹੁਣ ਜਗ੍ਹਾ ਹੀ ਹੈ ਨਹੀਂ, ਅਤੇ 80% ਝੋਨਾ ਅਜੇ ਤੱਕ ਪੈਲੀਆਂ 'ਚ ਖੜ੍ਹਾ ਹੈ, ਅਤੇ ਇਹਦੇ ਬਾਰੇ ਕੀ ਉਹ ਕਹਿ ਸਕਦੇ ਆ ਕਿ ਇਹ ਸਰਕਾਰ ਚੰਗੀ ਹੈ? ਜਿਹੜਾ ਝੋਨਾ ਰੋਲੀ ਜਾਂਦਾ, ਉਹਨਾਂ ਦਾ ਚੀਫ ਮਿਨਿਸਟਰ ਮਿਸਟਰ ਮਾਨ ਕਹਿੰਦੇ ਆ ਕਿ ਐਤਕੀ ਪਾਣੀ ਦੀ ਬੱਚਤ ਕਰਾਉਣ ਦੇ ਲਈ ਲੋਕ ਬਾਸਮਤੀ ਬੀਜਣ, ਅਤੇ ਉਹਨਾਂ ਨੇ ਕਿਹਾ ਮੈਂ 5500 ਰੁਪਈਆ ਪ੍ਰਤੀ ਕੁਇੰਟਲ ਬਾਸਮਤੀ ਦਾ ਦਊਂਗਾ, ਠੀਕ, ਪਰ ਮੰਡੀ 'ਚ ਜਾ ਕੇ ਦੇਖ ਲਓ ਸਿਰਫ 2700 ਰੁਪਈਆ ਮਿਲ ਰਿਹਾ। ਤਾਂ ਮੇਰਾ ਮਤਲਬ ਝੂਠ ਬੋਲ ਕੇ ਇਹ ਡਿੰਪੀ ਜੀ ਕਿਹੜੀ ਤਾਰੀਫ ਕਰ ਰਹੇ ਆ ਇਸ ਪਾਰਟੀ ਦੀ ਜੀ? ਚੇਨਾਂ ਖਿੱਚੀ ਜਾਂਦੀ ਹੈ, ਜਿਹੜੀਆਂ ਬੀਬੀਆਂ ਬਾਜ਼ਾਰ 'ਚ ਜਾਂਦੀਆਂ ਹੈ, ਕਈ ਕਈ ਜਗ੍ਹਾ 'ਤੇ ਇਹ ਬਦਮਾਸ਼ਾਂ ਨੇ ਉਂਗਲੇ ਕੱਟ ਕੇ ਅਤੇ ਉਹਨਾਂ ਦੀ ਇਹ ਅੰਗੂਠੀਆਂ ਕੱਟ ਕੇ ਲੈ ਗਈਆਂ, ਇੱਥੋਂ ਕੰਨ ਪਾੜ ਕੇ ਇਹ ਜਿਹੜੇ ਕੰਨਾਂ ਦੇ ਵਿੱਚ ਪਾਏ ਹੁੰਦੇ ਵਾਲੀਆਂ ਉਹ ਕੱਢ ਕੇ ਲੈ ਗਈਆਂ। ਸੋ ਮੇਰਾ ਮਤਲਬ ਕਿੱਥੇ ਲੋਅ ਐਂਡ ਆਰਡਰ? ਅਤੇ ਇੰਨਾ ਜ਼ਿਆਦਾ ਚਿੱਟਾ ਅਤੇ ਇਹ ਆਹ ਸਾਰਾ ਕੁਛ ਵਿਕ ਰਿਹਾ, ਉਹਦੇ ਉੱਤੇ ਕੰਟਰੋਲ ਹੀ ਨਹੀਂ ਹੈ ਡਰੱਗਸ ਦੇ ਉੱਤੇ। ਲੰਬੇ ਵਕਤ ਬਾਅਦ ਕੈਪਟਨ ਅਮਰਿੰਦਰ ਜੀ ਖੰਨਾ ਦੀ ਮੰਡੀ ਦੇ ਵਿੱਚ ਦੇਖੇ ਗਏ, ਉਹ ਕਹਿੰਦੇ ਕਿ ਮੈਂ ਹੁਣ ਫਿੱਟ ਹੈ, ਮੇਰੀ ਹੁਣ ਤੱਕ ਸਿਆਸਤ ਦੇ ਵਿੱਚ ਖਾਸ ਕਰਕੇ ਕੇਂਦਰ ਨੇ ਕਿਸਾਨੀ ਦੇ ਮਸਲਿਆਂ ਉੱਤੇ ਰਾਏ ਨਹੀਂ ਲਈ। ਕੈਪਟਨ ਸਾਹਿਬ ਤੁਹਾਡੇ ਰੈਲੇਟਿਵ ਵੀ ਨੇ, ਕੀ ਉਹ ਸਿਆਸਤ ਦੀ ਇੱਕ ਨਵੀਂ ਪਾਰੀ ਸ਼ੁਰੂ ਕਰਨਾ ਚਾਹੁੰਦੇ ਨੇ ਜਾਂ ਫਿਰ ਪੰਜਾਬ ਪ੍ਰਤੀ ਜਿਹੜਾ ਦਰਦ ਹੈ ਉਹਨੂੰ ਬਿਆਨ ਕਰ ਰਹੇ ਨੇ ਖੰਨਾ ਦੀ ਮੰਡੀ ਦੇ ਵਿੱਚ ਜਾ ਕੇ? ਪਤਾ ਨਹੀਂ ਜੀ, ਇਹ ਜੇ ਤੁਸੀਂ ਉਹਨਾਂ ਦੇ ਫੋਟੋ ਟ੍ਰਿਬਿਊਨ 'ਚ ਦੇਖੋ, ਇੱਥੇ ਬਹੁਤ ਵੱਡਾ ਜ਼ਖਮ ਹੋਇਆ ਹੋਇਆ, ਸ਼ਾਹੀਆਂ ਪਈਆਂ ਹੋਈਆਂ। ਇਹ ਸ਼ਾਹੀਆਂ ਤਾਂ ਜ਼ਖਮ ਨਾਲ ਵੀ ਹੋ ਸਕਦੀਆਂ ਅਤੇ ਦੂਜੇ ਪਾਸੇ ਹੋਰ ਕੰਮ ਕਰਨ ਨਾਲ ਵੀ ਸ਼ਾਹੀਆਂ ਪੈ ਜਾਂਦੀਆਂ। ਪਹਿਲਾਂ ਤਾਂ ਸਾਨੂੰ ਇਹ ਦੱਸਣ ਕਿ ਤੁਹਾਡੀ ਤਬੀਅਤ ਠੀਕ ਹੈ, ਇਹ ਸ਼ਾਹੀਆਂ ਇੱਥੇ ਕਿਉਂ ਪਈਆਂ ਹੋਈਆਂ ਅੱਖਾਂ ਦੇ ਥੱਲੇ? ਕੈਨੇਡਾ ਦੇ ਵਿੱਚ ਜਿਸ ਤਰੀਕੇ ਦੀ ਪਾਬੰਦੀਆਂ ਲੱਗ ਰਹੀਆਂ ਸਾਡੇ ਵਿਦਿਆਰਥੀਆਂ ਨੂੰ ਲੈ ਕੇ, ਸਾਡੇ ਸਿੱਖ ਭਰਾਵਾਂ ਨੂੰ ਲੈ ਕੇ, ਪੂਰੇ ਬੜੀ ਤੁਸੀਂ ਵਿਸਥਾਰ ਦੇ ਵਿੱਚ ਗੱਲ ਦੱਸੀ। ਤੁਸੀਂ ਕਿਹਾ ਕਿ ਇਹ ਸਟ੍ਰੈਟਜੀ ਦਾ ਪਾਰਟ ਹੈ, ਇਹ ਪਾਲਿਸੀ ਹੈ, ਚਾਹੇ ਉਹ ਕਾਂਗਰਸ ਦਾ ਵਕਤ ਸੀ ਚਾਹੇ ਅੱਜ BJP ਦੀ ਸਰਕਾਰ ਦਾ ਵਕਤ ਹੈ, ਅਕੋਰਡਿੰਗ ਟੂ ਸਟ੍ਰੈਟਜੀ ਸਾਰਾ ਕੁਛ ਜਿਹੜਾ ਇੰਪਲੀਮੈਂਟ ਕੀਤਾ ਜਾਂਦਾ ਹੈ। ਪਰ ਮਾਨ ਸਾਹਿਬ, ਤੁਸੀਂ ਇਸ ਪੂਰੇ ਮਸਲੇ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਆਵਾਜ਼ ਨੂੰ ਕਿਸ ਤਰੀਕੇ ਨਾਲ ਬੁਲੰਦ ਕਰਨ ਜਾ ਰਹੇ ਹੋ? ਮੈਂ ਕਹਿੰਦਾ ਕਿ ਤੁਹਾਡੀ ਕਹੀ ਗਈ ਗੱਲ ਤਾਂ 7 ਸਮੁੰਦਰ ਪਾਰ ਚਲੀ ਜਾਂਦੀ ਹੈ, ਕਿਉਂ ਨਾ ਆਪਾਂ ਸਰਕਾਰਾਂ ਤੋਂ ਉੱਪਰ ਉੱਠ ਕੇ ਪੰਥ ਨੂੰ ਇੱਕ ਝੰਡੇ ਥੱਲੇ ਇਕੱਠਾ ਕਰਕੇ ਇਹਦੇ 'ਤੇ ਆਪਾਂ ਸ਼ੁਰੂ ਕਰ ਦਈਏ ਲਹਿਰ, ਤਾਂ ਜੋ ਕੈਨੇਡਾ ਦੇ ਵਿੱਚ ਅਮੈਰੀਕਾ ਦੇ ਵਿੱਚ ਸਾਡੇ ਵੱਸਦੇ ਹੋਏ ਸਿੱਖ ਉਹਨੂੰ ਠੰਡਾ ਬੋਲਿਆ ਜਾਵੇ? ਮੈਂ ਤੁਹਾਡੇ ਥਰੂ ਦੇ ਤਾ ਇਹ ਤੁਸੀਂ ਸੁਜੈਸਟ ਕੀਤਾ, ਮੈਂ ਸਾਰੀ ਪੰਥ ਨੂੰ ਕਹਿੰਦਾ ਕਿ ਹੁਣ ਇਕੱਠੇ ਹੋ ਜਾਓ, ਹੁਣ ਮੌਕਾ ਹੈਗਾ, ਸਾਡੇ ਉੱਤੇ ਕਤਲ ਹੋ ਰਹੇ ਹੈ, ਸਾਡੀ ਜਿਹੜੀ ਮਾਨਸਿਕਤਾ ਹੈ, ਜਿਹੜੀ ਸਾਡੀ ਇਕੋਨਮੀ ਹੈ, ਮਾਲੀ ਹਾਲਤ ਹੈ, ਉਹਦੇ ਉੱਤੇ ਹਮਲੇ ਹੋ ਗਏ ਹੈ, ਜੇ ਹੁਣ ਇਕੱਠੇ ਨਹੀਂ ਹੋਣਾ ਤਾਂ ਫਿਰ ਕਦੋਂ ਇਕੱਠੇ ਹੋਣਾ? 14 ਸਾਲ ਤੋਂ STPC ਦੇ ਇਲੈਕਸ਼ਨ ਹੀ ਸੈਂਟਰ ਸਰਕਾਰ ਕਰਾ ਰਹੀ, ਉਹਦੇ ਵਿੱਚ ਵੀ ਬਾਦਲਾਂ ਦਾ ਹੱਥ ਹੈ ਕਿ ਜੇ ਇਲੈਕਸ਼ਨ ਨਾ ਕਰਾਉਣ ਅਸੀਂ ਮਸੰਦਾਂ ਵਰਗਣ ਕਬਜ਼ਾ ਕਰਕੇ ਮਹੰਤਾਂ ਵਰਗਣ STPC ਦੇ ਉੱਤੇ ਬੈਠੇ ਰਹਾਂਗੇ। ਮਾਨ ਸਾਹਿਬ, HEPC ਤੁਸੀਂ ਗੱਲ ਜਿਹੜੀ ਛੇੜੀ ਹੈ, ਬੜਾ ਖੂਬਸੂਰਤ ਮੁੱਦਾ ਹੈ। ਆਉਣ ਵਾਲੀ 28 ਤਰੀਕ ਨੂੰ ਉਹਨਾਂ ਦਾ ਇਜਲਾਸ ਹੈ, ਇੱਕ ਪਾਸੇ ਬੀਬੀ ਜਗੀਰ ਕੌਰ ਨੇ, ਦੂਸਰੇ ਪਾਸੇ ਸੁਖਬੀਰ ਧੜਾ, ਮੈਂ ਸ਼ਬਦ ਵਰਤ ਹੀ ਲੈਣਾ, ਉਹਨਾਂ ਨੇ ਧਾਮੀ ਸਾਹਿਬ ਨੂੰ ਮੁੜ ਤੋਂ ਆਪਣਾ ਕੈਂਡੀਡੇਟ ਬਣਾਇਆ ਹੈ। ਕੀ ਜਾਪਦਾ ਕਿ ਇਸ ਕਿਹੜੇ ਬਾਜੀ ਹੈ ਜਿਹੜੀ ਉਹ ਪਲਟ ਜੂਗੀ? ਦੇਖੋ, ਜਿੰਨਾ ਚਿਰ ਇਲੈਕਸ਼ਨ ਨਹੀਂ ਹੁੰਦੇ, 14 ਸਾਲ ਤੋਂ ਸਿੱਖਾਂ ਦੀ ਪਾਰਲੀਮੈਂਟ ਦੇ ਇਲੈਕਸ਼ਨ ਨਹੀਂ ਕੀਤੇ ਗਏ, ਹੁਣ ਜਿਹੜਾ ਵੀ ਪ੍ਰਧਾਨ ਜਾਂ ਚੁਣਿਆ ਜਾਊਗਾ, ਜਾਂ ਤਾਂ ਮਹੰਤ ਹੋਊਗਾ ਅਤੇ ਜਾਂ ਉਹ ਮਸੰਦ ਹੋਊਗਾ। ਅਤੇ 10ਵੇਂ ਪਾਤਸ਼ਾਹ ਨੇ ਮਸੰਦਾਂ ਨੂੰ ਫੜ ਕੇ ਦੇਹਰਾਦੂਨ ਇੱਕ ਵੱਡੇ ਬਾਟੇ ਦੇ ਵਿੱਚ ਤੇਲ ਪਾ ਕੇ ਫੂਕਦੇ ਸੀਗੇ ਜੀ। ਅੱਜ ਕੱਲ੍ਹ ਦੇ ਜ਼ਮਾਨੇ 'ਚ ਅਸੀਂ ਮਸੰਦਾਂ ਨੂੰ ਫੂਕ ਤਾਂ ਸਕਦੇ ਨਹੀਂ, ਪਰ ਉਹਨਾਂ ਨੂੰ ਵੋਟਾਂ ਦੇ ਰਾਹੀਂ ਤਾਂ ਬਾਹਰ ਕੱਢ ਸਕਦੇ ਹਾਂ, ਪਰ ਸੈਂਟਰ ਸਾਨੂੰ ਵੋਟ ਪਾਉਣ ਦਾ ਹੱਕ ਹੀ ਨਹੀਂ ਦਿੰਦੀ, 14 ਸਾਲ ਤੋਂ ਇਹ ਵੋਟ ਹੀ ਨਹੀਂ ਪੈਣ ਦਿੰਦੇ। ਮਨ ਸਰ, ਇੱਕ ਸਵਾਲ ਮੈਂ ਤੁਹਾਨੂੰ ਪੁੱਛਦਾ ਹੈ, ਇਹ ਸਵਾਲ ਹਰ ਇੱਕ ਰਾਜਨੀਤਿਕ, ਹਰ ਇੱਕ ਪੰਥਿਕ ਲੀਡਰ ਨੂੰ ਪੁੱਛਣਾ ਬੜਾ ਜ਼ਰੂਰੀ ਹੁੰਦਾ ਹੈ। ਹਾਂਜੀ, ਤੁਸੀਂ ਜਦੋਂ ਜਦੋਂ ਵੀ
अपने वारस की गल करते हो, पंथिक वारस, राजनीतिक वारस, दीप सिद्धू, सिद्धू मूसेवाला, उदों उदों कुछ इदां दा वापर जांदा है कि मुड़ तो फिर शुरू करना पै जांदा है। इस वक्त मान साहब जिक्र देखिए, सब तो पहले तो दबा है कि तुसी हजारां साल जीओ, पर इस वक्त जिक्र देखिए तो इस तो बाद अगे पंथिक प्लस राजनीतिक वारस कौन हो सकता है? क्योंकि तुसी जो जो मैं थोड़ा नम अखा दे नाल भी देखिया, मैं थोड़ा नम अखा दे नाल भी देखिया, पर किहदे नाल देखिया? नम अखा दे नाल, जदों सिद्धू मूसेवाला तुसी कहा सी बड़ा लायक एक वारस सीगा जिहड़ा आ रहा सी, तो मैनूं बड़ा लग्या भी जदों जदों भी पंथ दे विच कोई इदां करके सिरकत आगू हुंदा है तां इह वापर जांदा है। ना पर तुसी की कहना चाहुंदे हो कि हुण पंथ दे इही जी मैदान दे विच तां पंथ अकाली दल अंबरसर ही अज जी बिल्कुल होर तां कोई है नहीं जी बिल्कुल बिल्कुल। ते फिर साडे बंदे चंगे है, इमानदार है, इन्हां ने जबर झल्लिया हैगा, इह इन्हां ने लड़ाई कीती है सेंटर दे नाल जी सिखां दे हक हकूकां नूं रखण दे लई, ते इही पंथ है जिहड़ा इह अज इलैक्शनां च खड़ा हैगा, होर कहड़ा पंथ लै के आवांगे। बहुत बहुत शुक्रिया जी, बहुत बहुत धन्यवाद। वाहिगुरू जी का खालसा, वाहिगुरू जी का फतह। तुसी देख रहे सी द याद ओपन माइक, मैं जसविंदर याद नवीं शख्सियतों के नाल तुहाडे रूबरू होऊंगा। तद तक लई सत श्री अकाल, जिउंदे वसदे रहो, खुश रहो, आबाद रहो।